ਬਹੁਤ ਕੁਝ ਹੁੰਦੇ ਹੋਏ ਵੀ ਸਾਨੂੰ ਉਹਦਾ ਗੁਮਾਨ ਨਾ ਹੋਏ, ਬਹੁਤ ਕੁਝ ਕੋਲ ਹੋਏ ਪਰ ਮਨ ਅੰਦਰੋਂ ਕਵੇ ਮਨ ਤੇਰੀ ਔਕਾਤ ਕੱਖ ਵੀ ਨਹੀਂ, ਸਾਰਾ ਕੁਝ ਦਿੱਤਾ ਹੋਇਆ ਤੇਰੇ ਮਾਲਕ ਦਾ ਪਸੰਦ ਦਾ। ਸਤਸੰਗ ਜੀ, ਜੇ ਤੁਸੀਂ ਗੁਰੂ ਦਾ ਕੀਰਤਨ ਸੁਣ ਕੇ ਮੈਨੂੰ ਪਿਆਰ ਕਰੋ ਤੇ ਮੇਰੇ ਮਨ ਵਿੱਚ ਅੰਦਰੋਂ ਇਹ ਗੱਲ ਆਈ, ਮਨਾ ਵੇਖ ਤੂੰ ਗੁਰੂ ਦਾ ਜਸ ਗਾਉਂਦਾ ਤੇ ਤੈਨੂੰ ਪਿਆਰ ਮਿਲ ਰਿਹਾ, ਜੇ ਤੂੰ ਗੁਰੂ ਦਾ ਜਸ ਨਾ ਗਾਉਂਦਾ ਤਾਂ ਤੈਨੂੰ ਕਿਹਨੇ ਪੁੱਛਣਾ ਸੀ ਆ ਪ੍ਰਸੰਗ। ਤੁਹਾਡੇ ਵੀ ਮਨ ਵਿੱਚ ਹੋਏ ਕਿ ਜੇ ਅੱਜ ਸਾਡਾ ਕੋਈ ਸਟੇਟਸ ਹੈ, ਜੇ ਸਾਨੂੰ ਐਂ ਲੱਗਦਾ ਵੀ ਮਾਲਕ ਨੇ ਸਾਨੂੰ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ, ਤਾਂ ਮਨ ਇਹ ਕਵੇ ਉੱਠਦਿਆਂ ਪੈਂਦਿਆਂ ਮਹਾਰਾਜ ਕਹਿੰਦੇ ਉੱਠਤ ਬੈਠਤ ਸੂਬਤ ਜਾਗਤ ਇਹ ਮਨ ਤੁਝੇ ਚਿਤਾ ਰਹਿ। ਮਨ ਇਹ ਚੇਤੇ ਰੱਖੇ ਕਿ ਮਾਲਕ ਤੋਂ ਬਿਨਾਂ ਅਸੀਂ ਕੱਖ ਦੇ ਵੀ ਨਹੀਂ ਹਾਂ ਪ੍ਰਸਾਦ, ਮਾਲਕ ਤੋਂ ਬਿਨਾਂ ਅਸੀਂ ਕੱਖ ਦੇ ਵੀ ਨਹੀਂ। ਪਰਸੋਂ ਚੌਥੇ ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਪੰਜਾਬ ਵਿੱਚ ਇੱਕ ਮਨੁੱਖਤਾ ਦਾ ਭਲਾ ਇਸ ਤਰ੍ਹਾਂ ਦਾ ਕੋਈ ਇੱਕ ਟਰੱਸਟ ਬਣਿਆ, ਉਹਨਾਂ ਨੇ ਵੀਡੀਓ ਪਾਈ ਸੀ ਕਿ ਇੱਕ ਬਜ਼ੁਰਗ ਮਾਈ ਹੈ ਜਿਹਦੇ ਆ ਕੇਸ ਜਿਹੜੇ ਹੈ ਜਟਾਵਾਂ ਬਣ ਚੁੱਕੇ ਹੈ, ਕੱਪੜੇ ਗੰਦੇ ਹੈ, ਜਿੱਥੇ ਬੈਠੀ ਹੈ ਉੱਥੇ ਹੀ ਆਪਣਾ ਮਲ ਤਿਆਗ ਕਰਦੀ ਹੈ, ਔਰ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀ। ਕਹਿੰਦੇ ਸੀ ਜਿਸ ਦਿਨ ਇਹ ਮਾਈ ਇਸ ਘਰ ਦੇ ਵਿੱਚ ਵਿਆਹੀ ਹੋਈ ਆਈ ਸੀ ਨਾ, ਤੋ ਇਹਨਾਂ ਦੇ ਘਰ ਵਿੱਚ ਸੋਨੇ ਦੇ ਬਰਤਨ ਸੀ ਜਿਹਦੇ ਵਿੱਚ ਇਹ ਖਾਣਾ ਖਾਂਦੀ ਸੀ। ਮੈਂ ਇੰਨਾ ਸ਼ੌਕ ਹੋਇਆ, ਸੋਨੇ ਦੇ ਬਰਤਨਾਂ ਵਿੱਚ ਖਾਣਾ ਖਾਣ ਵਾਲੀ, ਉਹ ਦੱਸ ਰਹੇ ਸੀ ਇਹਨਾਂ ਕੋਲ ਸੋਨੇ ਦੀ ਇੱਟ ਸੀ, ਪਰ ਅੱਜ ਕੰਡੀਸ਼ਨ ਇਸ ਤਰ੍ਹਾਂ ਦੀ ਬਣ ਗਈ, ਹਸਬੈਂਡ ਦੀ ਡੈਥ ਹੋ ਗਈ, ਬੱਚਾ ਹੋਇਆ ਨਹੀਂ, ਸਭ ਕੁਝ ਕਿਵੇਂ ਖਤਮ ਹੋ ਗਿਆ ਪਤਾ ਹੀ ਨਹੀਂ ਲੱਗਿਆ, ਅੱਜ ਉਹਦੇ ਕੋਲ ਇੱਕ ਕਮਰਾ ਵੀ ਨਹੀਂ ਆ ਖੁਸ਼ਾ। ਹੁਣ ਉਹ ਨਵਾਂ ਸ਼ਹਿਰ ਦੇ ਕੋਲ ਇੱਕ ਓਲਡ ਏਜ ਹੋਮ ਹੈ, ਉਹ ਭਾਈ ਉੱਥੇ ਰਹਿ ਰਹੀ ਹੈ ਜਿਹੜੀ ਕਦੇ ਸੋਨੇ ਦੇ ਬਰਤਨਾਂ ਵਿੱਚ ਖਾਣਾ ਖਾਂਦੀ ਸੀ। ਆ ਖੁਸ਼ਾ ਡਰਦੇ ਰਹੀਏ ਮਾਲਕ ਦੇ ਰੰਗਾਂ ਤੋਂ, ਜੇ ਮਾਲਕ ਨੇ ਕੋਈ ਕਿਰਪਾ ਕੀਤੀ ਹੈ ਤਾਂ ਮਨ ਇਹ ਗੱਲ ਚੇਤੇ ਰੱਖੇ ਕਿ ਮਨਾਂ ਤੋਂ ਕੱਖ ਵੀ ਨਹੀਂ, ਇਹ ਤੇਰੇ ਮਾਲਕ ਦੀ ਕਿਰਪਾ ਹੈ। ਖੁਸ਼ਾ ਚਿੰਤੇ ਰੱਖਣਾ, ਜਿੱਦਣ ਇਹ ਮਨ ਵਿੱਚ ਆ ਗਿਆ ਨਾ ਵੀ ਇਹ ਸਾਡੇ ਕਰਕੇ ਹੈ, ਜਿੱਥੋਂ ਤੁਰੇ ਹਾਂ ਬੰਦਾ ਉੱਥੇ ਹੀ ਪਹੁੰਚ ਜਾਂਦਾ। ਮੇਰੀ ਬੇਨਤੀ ਨੂੰ ਸਮਝੇ ਆਪ ਜੀ ਕਿ ਜਿੱਥੋਂ ਤੁਰਦਾ ਨਾ ਬੰਦਾ, ਇੱਕ ਸਾਈਕਲ ਤੋਂ ਤੁਰਦਾ ਹੈ ਤੇ ਮਾਲਕ ਪਤਾ ਨੀ ਕਿਰਪਾ ਕਰ ਕਰਕੇ ਕੀ ਬਖਸ਼ਿਸ਼ਾਂ ਕਰ ਦਿੰਦਾ ਹੈ, ਪਤਾ ਹੀ ਨੀ ਮਾਲਕ ਕੀ ਕੁਝ ਦੇ ਦਿੰਦਾ ਹੈ। ਇਹ ਚੀਜ਼ਾਂ ਓਨੀ ਦੇਰ ਸਾਨੂੰ ਸੁੱਖ ਦਿੰਦੀਆਂ, ਓਨੀ ਦੇਰ ਸਾਡੇ ਕੋਲ ਸੁੱਖ ਇਹਨਾਂ ਦੇ ਅਸੀਂ ਭੋਗ ਸਕਦੇ ਹਾਂ, ਇਹਨਾਂ ਨੂੰ ਓਨੀ ਦੇਰ ਤੱਕ ਅਸੀਂ ਯੂਜ਼ ਕਰ ਸਕਦੇ ਹਾਂ ਜਿੰਨੀ ਦੇਰ ਸਾਨੂੰ ਮਾਲਕ ਚੇਤੇ ਆ ਖੁਸ਼ਾ। ਜਦੋਂ ਤੁਸੀਂ ਮਾਲਕ ਨੂੰ ਭੁੱਲ ਗਏ ਨਾ ਤਾਂ ਜਿੱਥੋਂ ਬੰਦਾ ਤੁਰਦਾ ਹੈ ਉੱਥੇ ਹੀ ਵਾਪਸ ਆ ਜਾਂਦਾ ਖੁਸ਼ਾ। ਤਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਬਾਰ ਸਾਧ ਸੰਗਤ ਕਿਸੇ ਨੇ ਆਇਆ, ਗੰਨਾ ਜਿਹੜਾ ਰੋਜ਼ ਘੁੰਗਣੀਆਂ ਵੇਚਦਾ, ਘੁੰਗਣੀਆਂ ਸਮਝਦੇ ਹੋ ਬੱਕਰੀਆਂ ਨੇ ਕਹਿ ਦਿੰਦੇ ਹੈ, ਕਣਕ ਨੂੰ ਵੀਟ ਨੂੰ ਬੋਇਲ ਕਰਕੇ ਉਹਨੂੰ ਖਾਣਾ
ਟੇਸਟ ਅਨੁਸਾਰ ਉਹਦੇ ਵਿੱਚ ਕੁਝ ਪਾ ਲੈਣਾ, ਉਹ ਪੰਜਾਬ ਵਿੱਚ ਘੁੰਗਣੀਆਂ ਜਾਂ ਬੱਕਰੀਆਂ ਕਹਿੰਦੀ ਹੈ। ਉਹਨੇ ਉਹ ਵੇਚ ਕੇ ਆਪਣਾ ਗੁਜ਼ਾਰਾ ਕਰਿਆ ਕਰਨਾ। ਮਾਲਕ ਦੀ ਇੱਕ ਦਿਨ ਕਿਰਪਾ ਹੋ ਗਈ, ਮਾਲਕ ਜੀ ਕਹਿਣ ਲੱਗੇ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਕਹਿੰਦੇ ਹੋਏ ਆਪਣੇ ਘਰੇ ਗੁਰੂ ਨਾਨਕ ਦਾ ਗੱਲਾ ਲਾ ਲਿਆ ਬਸੰਤ ਦਾ, ਜੋ ਤੂੰ ਰੋਜ਼ ਕਰਦਾ ਜਿੰਨੀ ਤੈਨੂੰ ਇਨਕਮ ਹੁੰਦੀ ਹੈ ਉਹਦੇ ਵਿੱਚੋਂ ਦਸਵੰਧ ਕੱਢ ਲਿਆ ਕਰ। ਸ਼ੁਰੂ ਕਰ ਦਿੱਤਾ। ਇੱਕ ਦਿਨ ਉਹ ਜਿਹੜਾ ਸਿੱਖ ਸੀ ਉਹ ਸ਼ਾਹੂਕਾਰ ਬਣ ਗਿਆ, ਬਸੰਤ ਸ਼ਾਹੂਕਾਰ ਬਣ ਗਿਆ। ਸਾਧ ਸੰਗਤ ਜੀ ਪੈਸੇ ਵਿਆਜ ਦੇ ਦੇਣ ਲੱਗ ਗਿਆ, ਕਿੰਨਾ ਕਾਰੋਬਾਰ ਕੰਮ ਕਿੰਨਾ ਕੁ ਵੱਧ ਗਿਆ ਉਹਨੂੰ ਪਤਾ ਹੀ ਨਹੀਂ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਕੋਲ ਇੱਕ ਜ਼ਰੂਰਤਮੰਦ ਸਿੱਖ ਆਇਆ, ਜਿਹਨੂੰ ਜ਼ਰੂਰਤ ਸੀ, ਨੀਡੀ ਪਰਸਨ ਆਇਆ, ਬੇਨਤੀ ਕਰਨ ਲੱਗਾ ਕਿ ਮਹਾਰਾਜ ਮੇਰੀ ਬੱਚੀ ਦਾ ਆਨੰਦ ਕਾਰਜ ਹੈ, ਵਿਆਹ ਹੈ, ਮੈਰਿਜ ਹੈ, ਕੋਈ ਕਿਰਪਾ ਕਰੋ। ਮਹਾਰਾਜ ਕਹਿੰਦੇ ਭਾਈ ਉਹ ਸਿੱਖ ਦੇ ਕੋਲ ਚਲਿਆ ਜਾ, ਉਹਦੇ ਘਰ ਗੁਰੂ ਨਾਨਕ ਦਾ ਗੱਲਾ ਲੱਗਾ ਹੋਇਆ। ਸੁਣ ਰਹੇ ਹੋ ਜੀ, ਉਹਦੇ ਘਰੇ ਗੁਰੂ ਨਾਨਕ ਦਾ ਗੱਲਾ ਲੱਗਿਆ ਤੂੰ ਉਹਦੇ ਕੋਲ ਚਲੇ ਜਾ। ਸਿੱਖ ਪਹੁੰਚ ਗਿਆ, ਕਹਿੰਦਾ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਭੇਜਿਆ, ਮੇਰੀ ਬੱਚੀ ਦਾ ਕਾਰਜ ਹੈ, ਉਹਦੀ ਮੈਰਿਜ ਰੱਖੀ ਹੈ, ਗੁਰੂ ਨਾਨਕ ਦੇ ਗੱਲੇ ਚੋਂ ਮੈਨੂੰ ਦਸਵੰਧ ਦੇ ਦਿਓ ਆਪਣੇ ਸਾਹਿਬ। ਕਹਿਣ ਲੱਗਾ, ਕਹਿੰਦਾ ਕਿਹੜਾ ਗੁਰੂ ਨਾਨਕ ਦਾ ਗੱਲ, ਇਤਿਹਾਸ ਦਾ ਹੀ ਬੱਚਾ, ਕਿਹੜਾ ਗੁਰੂ ਨਾਨਕ ਦਾ ਗੱਲ। ਵਾਪਸ ਮੁੜ ਆਇਆ, ਕਹਿੰਦਾ ਮਹਾਰਾਜ ਉਹ ਤੇ ਕਹਿੰਦੇ ਕਿਹੜਾ ਗੁਰੂ ਨਾਨਕ ਦਾ ਗੱਲਾ। ਮਹਾਰਾਜ ਕਹਿੰਦੇ ਕਿਹੜਾ ਸ਼ਾਹੂਕਾਰ, ਸਮਝੇ। ਕਹਿੰਦਾ ਜੀ ਕਿਹੜਾ ਗੁਰੂ ਨਾਨਕ ਦਾ ਗੱਲਾ। ਮਹਾਰਾਜ ਕਹਿੰਦੇ ਕਿਹੜਾ ਸ਼ਾਹੂਕਾਰ, ਜਿੱਥੋਂ ਤੁਰਿਆ ਸੀ ਉੱਥੇ ਹੀ ਵਾਪਸ ਆ ਗਿਆ ਸਤਨਾ। ਸਾਧ ਸੰਗਤ ਜੀ ਇਹ ਚੇਤੇ ਰੱਖੀਏ, ਜੋ ਕੁਝ ਹੈ ਇਹ ਮਾਲਕ ਦੀ ਕਿਰਪਾ ਕੋ ਸਤਨਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨਾਂ ਦਾ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ ਦਾ ਭਰੋਸਾ ਰੱਖ ਲਿਆ ਨਾ, ਆਓ ਇਹ ਧਾਰਨਾ ਪੜ੍ਹ ਕੇ ਫਿਰ ਇਤਿਹਾਸ ਸ਼ੁਰੂ ਕਰਦੇ। ਜਿੰਨਾ ਸਿੱਧਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। Yeah.